ਸਲਾਮੁਅਲੈਕਮ। ਹਾਂਜੀ ਦੋਸਤੋ, ਕੀ ਹਾਲ ਚਾਲ? ਉਮੀਦ ਕਰਦਾ ਸਾਰੇ ਵੀਰ ਭਰਾ ਠੀਕ ਹੋਣਗੇ। ਸਭ ਭਰਾਵਾਂ ਦਾ ਡੇਲੀ ਵਲੌਗ ਦੇ ਵਿੱਚ ਵੈਲਕਮ ਹੋ ਗਿਆ। ਉਮੀਦ ਕਰਦਾ ਸਾਰੇ ਵੀਰ ਭਰਾ ਖੈਰੋ ਆਫੀਅਤ ਨਾਲ ਹੋਣਗੇ। ਬਾਈ ਜੀ, ਸਾਡੀ ਈਦ ਦੀਆਂ ਛੁੱਟੀਆਂ ਹੋ ਗਈਆਂ ਖਤਮ ਅਤੇ ਸਾਡੀਆਂ ਡਿਊਟੀਆਂ ਜਿਹੜੀਆਂ ਬਾਈ ਜੀ ਹੋ ਗਈਆਂ ਸਟਾਰਟ। ਅੱਜ ਸਾਡਾ ਬਾਈ ਜੀ ਈਦ ਤੋਂ ਬਾਅਦ ਪਹਿਲਾ ਦਿਨ ਹੈ ਡਿਊਟੀ ਦਾ, ਅਤੇ ਅਲਹਮਦੁਲਿਲਾ ਫਜਰ ਦੀ ਨਮਾਜ਼ ਪੜ੍ਹੀ ਹੈ। ਨਮਾਜ਼ ਤੋਂ ਬਾਅਦ ਬਾਈ ਜੀ ਅਸੀਂ ਨਿਕਲ ਰਹੇ ਹਾਂ ਡਿਊਟੀ 'ਤੇ। ਬਾਈ ਜੀ, ਇਸ ਟਾਈਮ ਅਸੀਂ ਆ ਗਏ ਹਾਂ ਵੇਅਰ ਹਾਊਸ ਦੇ ਵਿੱਚ। ਬਾਈ ਜੀ, ਇੱਥੋਂ ਲੈਣਾ ਕੋਈ ਸਮਾਨ ਵਗੈਰਾ? ਸਹੀ ਆ, ਸਮਾਨ ਲੈ ਕੇ ਅਤੇ ਅਸੀਂ ਨਿਕਲਾਂਗੇ ਇੱਥੋਂ ਜੱਦਾ ਤੋਂ। ਸਾਡਾ ਸਫ਼ਰ ਤਕਰੀਬਨ ਹੈ ਕੋਈ 3-4 ਘੰਟੇ ਦਾ। ਅਲੀ ਸਾਹਿਬ ਲੈ ਕੇ ਆਏ ਸੀ ਘਰੋਂ ਗੋਭੀ ਵਾਲੇ ਪਰਾਂਠੇ, ਅਤੇ ਬਾਈ ਜੀ ਅਸੀਂ ਗੱਡੀ ਦੇ ਵਿੱਚ ਹੀ ਕਰ ਰਹੇ ਹਾਂ ਨਾਸ਼ਤਾ ਨਾਲ ਲਈ ਇੱਥੋਂ ਚਾਏ ਪੀ ਕੇ, ਅਤੇ ਬਾਈ ਜੀ ਅਸੀਂ ਅਗਲੇ ਸਫ਼ਰ ਦਾ ਆਗਾਜ਼ ਕਰਾਂਗੇ। ਬਾਈ ਜੀ, ਅਸੀਂ ਜਾ ਰਹੇ ਹਾਂ ਮੱਕਾ ਰੋਡ 'ਤੇ। ਮੱਕਾ ਰੋਡ ਤੋਂ ਬਾਈ ਜੀ ਅਸੀਂ ਹੋਵਾਂਗੇ ਜਮੂਮ ਸਾਈਡ 'ਤੇ। ਜਮੂਮ ਸਾਈਡ ਤੋਂ ਬਾਅਦ ਬਾਈ ਜੀ ਅਸੀਂ ਜਾਵਾਂਗੇ ਮਦਰੱਕਾ। ਮਦਰੱਕਾ ਤੋਂ ਅੱਗੇ ਰਾਹਤ, ਰਾਹਤ ਤੋਂ ਅੱਗੇ ਬਾਈ ਜੀ ਲੱਗੀ ਸਾਈਡ ਜਿੱਥੇ ਅਸੀਂ ਬਾਈ ਜੀ ਜਾ ਰਹੇ ਹਾਂ। ਬਾਈ ਜੀ, 1.5 ਘੰਟੇ ਤੋਂ ਬਾਅਦ ਅਸੀਂ ਪਹੁੰਚ ਗਏ ਮਦਰੱਕਾ। ਇਸ ਟਾਈਮ ਬਾਈ ਜੀ ਅਸੀਂ ਕ੍ਰਾਸ ਕਰ ਰਹੇ ਹਾਂ ਮਦਰੱਕਾ ਸ਼ਹਿਰ ਆ, ਇਹ ਕ੍ਰਾਸ ਕਰਾਂਗੇ, ਇਸ ਤੋਂ ਬਾਅਦ ਅੱਗੇ ਰਾਹਤ। ਬਾਈ ਜੀ, ਇਹ ਲੱਗਾ ਹੋਇਆ ਜੀ ਰਾਹਤ ਸ਼ਹਿਰ ਦਾ ਛੋਟਾ ਜਿਹਾ ਬੋਰਡ ਲੱਗਾ ਹੋਇਆ, ਅਤੇ ਬਾਈ ਜੀ ਬਿਲਕੁਲ ਇਹ ਛੋਟਾ ਜਿਹਾ ਸ਼ਹਿਰ ਆ। ਬਾਈ ਜੀ, ਅਸੀਂ ਮੇਨ ਰੋਡ ਤੋਂ ਥੱਲੇ ਉਤਰੇ ਹਾਂ ਅਤੇ ਜਾ ਰਹੇ ਹਾਂ ਬਿਲਕੁਲ ਇੱਕ ਕੱਚੀ ਸੜਕ ਆ, ਅਤੇ ਇੱਥੇ ਸਾਈਡਾਂ 'ਤੇ ਬਿਲਕੁਲ ਪਹਾੜੀ ਆ, ਅਤੇ ਪਹਾੜੀ ਜਿਹਾ ਇਲਾਕਾ ਵਾ, ਅਤੇ ਕੱਚਾ ਰਸਤਾ, ਅਤੇ ਸਾਈਡਾਂ 'ਤੇ ਬਾਈ ਜੀ ਚੱਲ ਰਹੇ ਹਾਂ ਊਂਠ। ਊਂਠ ਜਿਹੜੇ ਇੱਦਾਂ ਫਿਰ ਤੁਰ ਕੇ ਆਪਣਾ ਨਾ ਗੁਜ਼ਾਰਾ ਬਜ਼ਾਰਾ ਕਰ ਲੈਂਦੇ ਆ। ਅਤੇ ਲਓ ਬਾਈ ਜੀ, ਤਕਰੀਬਨ 3-3.5 ਘੰਟੇ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਹਾਂ ਸਾਈਡ 'ਤੇ। ਸਹੀ ਹੈ, ਟਾਵਰ ਆ ਜੀ, ਅਤੇ ਬਾਕੀ ਇਸ ਟਾਈਮ ਅਸੀਂ ਹਾਈਟ 'ਤੇ ਹਾਂ, ਪਹਾੜਾਂ ਦੇ ਉੱਪਰ ਹਾਂ, ਅਤੇ ਠੰਡਾ ਇਲਾਕਾ ਇੱਥੇ ਫਿਲਹਾਲ, ਅਤੇ ਮੁਸ਼ਕਿਲ ਆ ਸੀ ਨਾ। ਕੀ ਸੀਨ ਆ, ਕੋਈ ਚੇਂਜ ਕਰਨੀ ਆ, ਕਨੈਕਸ਼ਨ ਆ ਰਿਹਾ ਜਾਂ ਨਹੀਂ ਆ ਰਿਹਾ? ਬਾਈ ਜੀ, ਮੈਂ ਆਪਣਾ ਕੰਮ ਖਤਮ ਕਰਕੇ ਤਾਂ ਆ ਗਿਆ ਥੱਲੇ, ਅਤੇ ਬਾਈ ਜੀ ਜਾ ਰਹੇ ਹਾਂ ਹੁਣ ਅਸੀਂ ਵਾਪਸ, ਕਿਉਂਕਿ ਸਾਡਾ ਜਿਹੜਾ ਕੰਮ ਹੋ ਗਿਆ ਸੀ ਉਹ ਖਤਮ ਜਲਦੀ, ਅਤੇ ਇਹ ਫਿਰ ਸਾਡਾ ਉਹੀ ਕੱਚਾ ਰਸਤਾ ਬਿਲਕੁਲ ਆ ਗਿਆ। ਇੱਧਰ ਮੈਂ ਦੇਖਿਆ ਕਿ ਅਲੀ ਸਾਹਿਬ ਨੂੰ ਆ ਗਈ ਨੀਂਦ, ਅਤੇ ਅਲੀ ਵੱਲ ਦੇਖ ਕੇ ਮੈਨੂੰ ਵੀ ਨੀਂਦ ਆਉਣਾ ਸ਼ੁਰੂ ਹੋ ਗਈ। ਉਸ ਤੋਂ ਬਾਅਦ ਬਾਈ ਜੀ ਮੈਂ ਵੀ ਗੱਡੀ ਦੀ ਸੀਟ 'ਤੇ ਪੈ ਗਿਆ ਲੰਮਾ। ਮੈਂ ਕਿਹਾ ਚਲੋ ਅਸੀਂ ਕੋਈ 10-20 ਮਿੰਟ ਰੈਸਟ ਕਰ ਲੈਂਦੇ ਹਾਂ। ਬਾਈ ਜੀ, ਤਕਰੀਬਨ 1.5 ਘੰਟੇ ਬਾਅਦ ਮੈਂ ਉੱਠ ਕੇ ਦੇਖਿਆ ਕਿ ਹਜੇ ਤਾਂ ਆਪਣਾ ਸਫ਼ਰ ਜਿਹੜਾ ਸੀ ਕਾਫੀ ਬਾਕੀ ਸੀਗਾ। ਮੈਂ ਦਿਲ 'ਚ ਸੋਚਿਆ, ਮੈਂ ਕਿਹਾ ਯਾਰ ਐਵੇਂ ਉੱਠਿਆ, ਫਿਰ ਬਾਈ ਜੀ ਮੈਂ ਨਾ ਸੀਟ 'ਤੇ ਪੈ ਗਿਆ ਲੰਮਾ। ਬਾਈ ਜੀ, ਫਿਰ ਮੈਂ ਉਸ ਟਾਈਮ ਉੱਠਿਆ ਜਿਸ ਟਾਈਮ ਵਸੀਮ ਬਾਈ ਨੇ ਗੱਡੀ ਆ ਕੇ ਲਾਈ ਆ ਪੈਟਰੋਲ ਪੰਪ 'ਤੇ। ਬਾਈ ਜੀ, ਇੱਥੇ ਕਰਾਈ ਟੈਂਕੀ ਫੁੱਲ, ਅਤੇ ਉਸ ਤੋਂ ਬਾਅਦ ਬਾਈ ਜੀ ਅਸੀਂ ਇਸ ਟਾਈਮ ਆ ਗਏ ਹਾਂ ਘਰ, ਅਤੇ ਇੱਥੇ ਬਾਈ ਜੀ ਕਰਦੇ ਹਾਂ ਵੀਡੀਓ ਦਾ ਐਂਡ। ਇਨਸ਼ਾਅੱਲਾ ਮਿਲਾਂਗੇ ਨਵੀਂ ਵੀਡੀਓ ਨਾਲ। ਅਗਰ ਬਾਈ ਜੀ ਤੁਹਾਨੂੰ ਵੀਡੀਓ ਆਈ ਦੀ ਅੱਛੀ ਲੱਗੀ ਹੈ ਤਾਂ ਲਾਈਕ ਫਾਲੋ ਜ਼ਰੂਰ ਕਰਿਓ। ਬਾਈ ਜੀ, ਮੈਂ ਤੁਹਾਡੇ ਵਾਸਤੇ ਇਨਸ਼ਾਅੱਲਾ ਇਸੇ ਤਰ੍ਹਾਂ ਅੱਛੀਆਂ ਅੱਛੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ। ਮਿਲਾਂਗੇ ਨਵੀਂ ਵੀਡੀਓ ਨਾਲ, ਉਨ ਦੇਰ ਤੱਕ ਰੱਬ ਰਾਖਾ।